ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਇੰਡੀਆ ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਮੱਧ ਪ੍ਰਦੇਸ਼। ਮਿੱਟੀ ਦੇ ਘਰਾਂ 'ਚ ਰਹਿਣ ਵਾਲੇ ਸਾਡੇ ਗਰੀਬ ਸਿੱਖ, ਸਿੱਖ ਲੀਗਰ ਸਿੱਖ, ਵੰਜਾਰੇ ਸਿੱਖ, ਹਮ ਸੋ ਸਭ ਲੋਕ ਬੱਚਿਆਂ ਨੂੰ ਉਠਾ ਉਠਾ ਕੇ ਜੰਗਲ ਮੇ ਭਾਗ ਜਾਤੇ ਹੈ, ਪੁਲਿਸ ਵਾਪਿਸ ਚਲੀ ਜਾਤੀ, ਫਿਰ ਆ ਕੇ ਹਮ ਸੋ ਜਾਤੇ ਹੈ। ਮੇਰਾ ਘਰ ਮਿੱਟੀ ਕਾ ਹੈ, ਮੈਂ ਬਾਰਿਸ਼ ਸੇ ਬਚ ਕੇ ਮੈਂ ਕਹਾਂ ਜਾਊਂ। ਕਿੰਨੇ ਭਾਂਡੇ ਪਹਿਨੇ, ਕਿੰਨੇ ਕੱਪੜੇ ਪਹਿਨੇ, ਇਹ ਇੱਕ ਸਿੱਖ ਦਾ ਘਰ ਹੈ, ਸਿੱਖ ਦੀ ਰਸੋਈ ਹੈ, ਇੱਕ ਸਿੱਖ ਦੀ ਜਾਇਦਾਦ ਹੈ, ਜਿਹਦੇ ਉੱਤੇ ਅੱਜ ਇੱਕ ਟੈਗ ਲੱਗ ਰਿਹਾ ਕਿ ਇਹ ਨਜਾਇਜ਼ ਹਥਿਆਰ ਬਣਾਉਂਦੇ ਨੇ ਜੀ। ਹਮ ਜਾਣਦੇ ਹੈ ਇਹ ਪੂਰੀ ਤਰ੍ਹਾਂ ਸੇ ਗੈਰ ਕਾਨੂੰਨੀ, ਲੇਕਿਨ ਸਮੇਂ ਬੀਤਤਾ ਗਿਆ ਔਰ ਹਮਾਰਾ ਇੱਕ ਨੰਬਰ ਕਾ ਧੰਦਾ ਦੋ ਨੰਬਰ ਮੇ ਘੋਸ਼ਿਤ ਕਰ ਦਿਆ ਗਿਆ ਸੀ। ਕਈ ਵਾਰ ਹਮਨੇ ਆਤਮ ਸਮਰਪਣ ਕਰ ਦਿਆ ਕਿ ਹਮੇ ਰੋਜ਼ਗਾਰ ਦਿਆ ਜਾਏ, ਸੀਰੀਅਸਲੀ ਨਹੀਂ ਲਿਆ, ਫਿਰ ਮਜਬੂਰਨ ਹਮਕੋ ਵਾਪਿਸ ਬਣਾਉਣਾ ਪੜਾ, ਕਿਉਂਕਿ ਭੁੱਖ ਸਭ ਕੋ ਲਗਤੀ ਹੈ, ਬੀਵੀ ਬੱਚੇ ਸਭ ਕੇ ਪਾਲਣਾ ਸਭ ਕੋ ਪੜਤਾ ਹੈ।